ਵੈਲਕਮ ਟੂ ਮਾਈ ਚੈਨਲ ਤੇ ਅੱਜ ਮੁੰਜੀ ਦੇ ਦਹਾਨ ਦੇ ਨਵੇਂ ਰੇਟਾਂ ਨਾਲ ਨਵੀਂ ਵੀਡੀਓ ਨਾਲ ਹਾਜ਼ਰ ਹਾਂ ਗੱਲ ਕਰਨੇ ਹਾਂ ਦਹਾਨ ਏਰ 6 ਦੀ ਦਹਾਨ ਸੁਪਰ ਫਾਈਨ ਦੀ ਦਹਾਨ 1509 ਦੀ ਦਹਾਨ 1692 ਦੀ ਇਹਨਾਂ ਸਾਰਿਆਂ ਦੇ ਰੇਟ ਅੱਜ ਫਿਰ ਤੇਜ਼ ਨੇ ਲੇਕਿਨ ਅੱਗੇ ਟੁਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਤਰਹਾਸ ਕਿ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਬਰਾਏ ਮਿਹਰਬਾਨੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਮਤ ਭੁੱਲਿਓ ਸਭ ਤੋਂ ਪਹਿਲਾਂ ਗੱਲ ਕਰਨੇ ਧਾਨ ਸੁਪਰ ਫਾਈਨ ਦੀ ਅੱਜ ਦਾ ਰੇਟ ਧਾਨ ਸੁਪਰ ਫਾਈਨ ਦਾ ਰੇਟ ਅੱਜ ਵੀ ਤੇਜ਼ ਨੇ ਧਾਨ ਸੁਪਰ ਫਾਈਨ ਅੱਜ ਦਾ ਰੇਟ 3800 ਤੋਂ ਲੈ ਕੇ 4370 ਰੁਪਏ ਪਰ ਮਨ ਧਾਨ ਸੁਪਰ ਫਾਈਨ ਅੱਜ ਦਾ ਰੇਟ 3800 ਤੋਂ ਲੈ ਕੇ 4370 ਰੁਪਏ ਪਰ ਮਨ ਇਹਦੇ ਬਾਅਦ ਗੱਲ ਕਰਨੇ ਧਾਨ ER60 ਹਾਈਬ੍ਰਿਡ ਧਾਨ ਦੀ ਅੱਜ ਦਾ ਰੇਟ ਧਾਨ ER6 ਹਾਈਬ੍ਰਿਡ ਧਾਨ ਅੱਜ ਦਾ ਰੇਟ 2950 ਤੋਂ ਲੈ ਕੇ 3850 ਰੁਪਏ ਪਰ ਮਨ ਧਾਨ ER6 ਅੱਜ ਦਾ ਰੇਟ 3450 ਤੋਂ ਲੈ ਕੇ 3850 ਰੁਪਏ ਪਰ ਮੰਨ ਇਹ ਰੇਟ ਵੀ ਤੇਜ਼ੀ ਵੀ ਵਹਿ ਰਿਹਾ ਤੁਸੀਂ ਤੇ ਵਾਹ ਵਾ ਤੇਜ਼ੀ ਹੈ ਦਹਾਨਿਰ 6 ਦੇ ਹਾਈਬ੍ਰਿਡ ਦਹਾਨ ਦੇ ਰੇਟਾਂ ਵਿੱਚ ਬਹੁਤ ਤੇਜ਼ੀ ਹੈ ਮੁੰਜੀ ਦੀ ਰੇਟ ਜਿਹੜੇ ਪਿੱਛੇ ਡਾਊਨ ਹੋਏ ਜਨ ਮਾਰਕੀਟ ਉਹਨਾਂ ਆਪਣੀ ਰਿਕਵਰੀ ਕਰ ਰਹੀ ਹੈ ਤੇ ਮਾਰਕੀਟ ਦਿਨ-ਬਦਨ 150 ਆਪਣੇ ਅਜ਼ਾਫਾ ਹੋ ਰਿਹਾ ਹੈ ਉਹ ਰੇਟਾਂ ਵਿੱਚ ਇਹਦੇ ਬਾਅਦ ਗੱਲ ਕਰਾਂ ਦਹਾਨ 1692 ਦੀ ਅੱਜ ਦਾ ਰੇਟ ਦਹਾਨ 1692 ਅੱਜ ਦਾ ਰੇਟ 4300 ਤੋਂ ਲੈ ਕੇ 4700 ਰੁਪਏ ਪਰ ਮੰਨ ਤਾਂ 1892 ਆਜ ਦਾ ਰੇਟ 4300 ਤੋਂ ਲੈ ਕੇ 4700 ਰੁਪਏ ਪਰ ਮੰਨ ਇਹਦੇ ਰਿਵਿੰਦਪ ਤੇਜ਼ ਨੇ ਤੇ مزید ਬਿਹਤਰੀ ਵੀ ਹੋ ਸਕਦੀ ਹੈ ਇਹਦੇ ਬਾਅਦ ਗੱਲ ਕਰਾਂ ਦਹਾਨ 1509 ਦੀ ਆਜ ਦਾ ਰੇਟ ਦਹਾਨ 1509 ਆਜ ਦਾ ਰੇਟ 4300 ਤੋਂ ਲੈ ਕੇ 4700 ਰੁਪਏ ਪਰ ਮੰਨ ਤਾਂ 1509 ਆਜ ਦਾ ਰੇਟ 4300 ਤੋਂ ਲੈ ਕੇ 4700 ਰੁਪਏ ਪਰ ਮੰਨ ਇਹਦੇ ਰੇਟ ਫਿਲ ਬਹੁਤ ਤੇਜ਼ ਨੇ ਮੁੰਜੀ ਦੇ ਓਵਰ ਆਲ ਰੇਟ ਅਗਰ ਵੇਖੀ ਤੇ ਤੇਜ਼ ਦਿਖਾਈ ਦੇ ਰਹੇ ਨੇ ਤੇ ਕਾਕੀ ਵੀ ਹੈ ਆਵੇ ਤੇ ਜਿਹੜੇ ਅੱਜ ਤੋਂ 10 ਦਿਨ ਪਹਿਲਾਂ ਤੱਕ 15 ਜਨਵਰੀ ਤੋਂ 9 ਜਨਵਰੀ ਤੋਂ 16 92 ਇਹ 3804000 ਤੱਕ ਟੁਰ ਕੇ ਸਨ ਤੇ ਬੰਦੇ ਪਰੇਸ਼ਾਨ ਸਨ ਕਿ ਕੀ ਬਣੇਗਾ ਕੁਵ ਦਿਨ ਬਤਾ ਰੇਟ ਡਾਊਨ ਹੋਏ ਸਨ ਲੇਕਿਨ ਹੁਣ ਮਾਰਕੀਟ ਵਿੱਚ ਬਿਹਤਰੀ ਆ ਰਹੀ ਹੈ ਐਸਨ ਮੁੰਜੀ ਜਨਵਰੀ ਦਾ ਇਹ ਰੇਟ ਯਾਦ ਰੱਖੇ ਇੱਕ ਮਾਰਕੀਟ ਵਿੱਚ ਦਿਨ ਦੁਕਾਤ ਵਿੱਚ ਅਪ ਐਂਡ ਡਾਊਨ ਆਂਦਾ ਰਹਿੰਦਾ ਉਹ ਉੱਤਾਂ-ਹਟਾਂ ਆਂਦਾ ਰਹਿੰਦਾ ਔਰ ਮਾਰਕੀਟ ਟੂ ਮਾਰਕੀਟ ਵੀ ਜਿਹੜੇ ਰੇਟ ਹੁੰਦੇ ਨੇ ਬਦਲਦੇ ਰਹਿੰਦੇ ਨੇ ਉਹ ਉੱਤਾਂ-ਹਟਾਂ ਆਂਦਾ ਰਹਿੰਦਾ ਤੇ ਜਿਹੜੇ ਰੇਟ ਹੁੰਦੇ ਨੇ ਉਹ ਮਾਲ ਤੇ ਡਿਪੈਂਡ ਕਰ ਰਹੇ ਹੁੰਦੇ ਨੇ ਜਿਵੇਂ ਦਾ ਮਾਲ ਹੋਏ ਦਾ ਉਵੇਂ ਦਾ ਰੇਟ ਹੋਣਦੇ ਅਗਰ ਮਾਲ ਚੰਗਾ ਹੋਏ ਦਾ ਟਰੇਡ ਵੀ ਕਿੰਨ ਤੋਂ ਹੱਥ ਚੰਗੇ ਲੱਗਣਦੇ ਅਗਰ ਮਾਲ ਵਿੱਚ ਕਮੀ ਪੇਸ਼ ਹੋਈ ਦੀ ਟਰੇਡ ਵੀ ਕਿੰਨ ਤੋਂ ਥੱਲੇ ਆਣਦੇ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਏ ਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਸ਼ੁਕਰੀਆ